ਬਲਟਵਾ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਇਕੱਠੇ ਹੋ ਸਕਦੇ ਨੇ? ਪਾਰਟੀ ਦਾ ਫੈਸਲਾ ਆ, ਉਹਦੇ 'ਚ ਅਸੀਂ ਬੜੇ ਮੋਟੇ ਜਿਹੇ ਰੂਪ 'ਚ ਕਲੀਅਰ ਕਰ ਚੁੱਕੇ ਹਾਂ। ਸਾਡੇ ਵਾਸਤੇ ਅਸੂਲ ਸਿਧਾਂਤ ਪਹਿਲਾਂ ਆ ਅਤੇ ਰਾਜਨੀਤੀ ਬਾਅਦ ਦੇ ਵਿੱਚ ਹੈ। ਬੀਜੇਪੀ ਦੇ ਆਗੂਆਂ ਦੇ ਨਾਲ ਅਲਾਇੰਸ ਨੂੰ ਲੈ ਕੇ ਤੁਹਾਡੀ ਟੇਬਲ ਟਾਕ ਹੁੰਦੀ ਸੀ, ਉਹਨਾਂ ਦਾ ਰਿਐਕਟ ਕੀ ਹੁੰਦਾ ਸੀ? ਗੱਠਜੋੜ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਮੀਡੀਆ 'ਚ ਸੁਣਦੇ ਰਹੇ, ਉਹ ਚਰਚੇ ਹੀ ਸੁਣਦੇ ਰਹੇ ਹੈ। ਕਦੇ ਪਾਰਟੀ ਦੇ ਅੰਦਰ ਅਜਿਹੀ ਗੱਲ ਨਹੀਂ ਸੁਣੀ ਕਿ ਗੱਠਜੋੜ ਨੂੰ ਲੈ ਕੇ ਕੋਈ ਗੱਲ ਚੱਲੀ ਹੈ ਜਾਂ ਅੱਗੇ ਵਧੀਏ। ਇੱਥੋਂ ਤੱਕ ਮੀਡੀਆ 'ਚ ਚੱਲਦੀਆਂ ਰਹੀਆਂ ਕਿ 13 ਮਾਰਚ ਨੂੰ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਹੈ, 22 ਮਾਰਚ ਨੂੰ ਜੀ ਅੱਜ ਗੱਠਜੋੜ ਦਾ ਐਲਾਨ ਹੋਜੂ। ਇਹ ਪਤਾ ਨਹੀਂ ਕਿੱਥੋਂ ਖਬਰਾਂ ਆਉਂਦੀਆਂ ਰਹੀਆਂ, ਕਿਸ ਰੂਪ 'ਚ ਆਉਂਦੀਆਂ ਰਹੀਆਂ ਨੇ। ਬਲਟੋਹਾ ਸਾਹਿਬ, ਤੁਸੀਂ ਫਿਰ ਡਿਨਾਈ ਵੀ ਨਹੀਂ ਨਾ ਕੀਤਾ ਮੀਡੀਆ ਦੀ ਇਸ ਗੱਲ ਨੂੰ, ਤੁਸੀਂ ਬਿਲਕੁਲ ਨਹੀਂ ਕਿਹਾ ਕਿ ਇਹ ਸਮਝੌਤਾ ਸਾਡਾ ਨਹੀਂ ਹੋ ਰਿਹਾ। ਧੱਕੇ ਨਾਲ ਹੀ ਚਲਾਈ ਜਾਣ ਜਾਂ ਆਪੇ ਕੈਫੇ ਲਾਈ ਜਾਣ ਜਾਂ ਸੱਜਿਓਂ ਖੱਬਿਓਂ ਬੀਜੇਪੀ ਆਗੂਆਂ ਦੀਆਂ ਸੁਣ ਸੁਣ ਕੇ ਜਿਸ ਤਰ੍ਹਾਂ ਉਹ ਚਾਹੁੰਦੇ ਸੀ ਜਾਂ ਉਹ ਕਰਦੇ ਸੀ। ਜਦੋਂ ਅਮਿਤ ਸ਼ਾਹ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਕਿ 2-3 ਦਿਨਾਂ ਦੇ ਵਿੱਚ ਸਾਰੀ ਸਥਿਤੀ ਕਲੀਅਰ ਹੋ ਜੂਗੀ, ਅਸੀਂ ਰਾਬਤੇ ਦੇ ਵਿੱਚ ਆ, ਉਹਨਾਂ ਦੇ ਬਿਆਨ 'ਤੇ ਰੱਖਣ, ਤੁਹਾਨੂੰ ਵੀ ਯਾਦ ਹੋਣਾ ਕਿ ਨਿਤਿਸ਼ ਕੁਮਾਰ ਬਾਰੇ ਕਿਹਾ ਸੀਗਾ, ਬਾਊ ਨਿਤਿਸ਼ ਕੇ ਲਈ ਭਾਰਤੀ ਜਨਤਾ ਪਾਰਟੀ ਕੇ ਦਰਵਾਜ਼ੇ ਬੰਦ ਹੈ, ਅਤੇ ਦੂਜੇ ਦਿਨ ਹੀ ਅਲਾਇੰਸ ਕਰਕੇ ਸਰਕਾਰ ਬਣਾ ਲਈ ਸੀਗੀ। ਅਕਾਲੀ ਦਲ ਨੇ ਜੇ ਸਾਂਝ ਪਾਈ ਸੀ, ਗੱਠਜੋੜ ਕੀਤਾ ਸੀਗਾ, ਤਾਂ ਉਹਦੇ ਬਹੁਤ ਕਾਰਨ ਸੀ। ਖੁਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਜਿਹੜੀ ਹੈਗੀ ਆ, ਉਹ ਵੀ ਕਹਿੰਦੇ ਨੇ ਕਿ ਜਿਹੜੀਆਂ ਸਿੱਖ ਸ਼ਕਤੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਦੇਸ਼ ਦੇ ਵਿੱਚ, ਉਹ ਲੀਡਰ ਖੁੱਲ੍ਹ ਕੇ ਕਿਉਂ ਨਹੀਂ ਦੱਸਦੇ ਕਿ ਕਿਹੜੀਆਂ ਸ਼ਕਤੀਆਂ ਨੇ ਬਲਟਵਾ ਸਾਹਿਬ ਉਹ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ? ਕੇਂਦਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਦਾ ਡਰ ਹੈ? ਜਿਹੜਾ ਡਰ ਬਣਿਆ ਰਿਹਾ ਹਮੇਸ਼ਾ ਹੀ, ਉਹ ਸਿੱਖਾਂ ਦੀ ਏਕਤਾ ਤੋਂ ਹੀ ਹੈ। ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਵਿਰਸਾ ਸਿੰਘ ਬਲਟੋਹਾ ਸਾਹਿਬ ਜੁੜੇ ਨੇ। ਬਲਟੋਹਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਬਲਟੋਹਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਕਿੱਥੇ ਕੁ ਗੱਲ ਖੜੀ ਹੈ? ਹੋਊਗਾ ਜਾਂ ਨਹੀਂ ਹੋਊਗਾ ਅਲਾਇੰਸ, ਜਾਂ ਫਿਰ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਬੀਜੇਪੀ ਵੱਖਰੀਆਂ ਲੜੂਗੀ, ਸ਼੍ਰੋਮਣੀ ਅਕਾਲੀ ਦਲ ਵੱਖਰੀ ਲੜੂਗਾ, ਜਾਂ ਫਿਰ ਬਲਟੋਹਾ ਸਾਹਿਬ ਕੋਈ ਗੁੰਜਾਇਸ਼ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਇਕੱਠੇ ਹੋ ਸਕਦੇ ਨੇ ਲੋਕ ਸਭਾ ਚੋਣ ਤੋਂ ਪਹਿਲਾਂ? ਜੀ ਦੇਖੋ, ਜਿੱਥੋਂ ਤੱਕ ਗੱਠਜੋੜ ਨੂੰ ਲੈ ਕੇ ਗੱਲ ਹੈ, ਉਹ ਸਾਡਾ ਪਾਰਟੀ ਦੇ ਅੰਦਰ ਫੈਸਲਾ ਹੋਇਆ ਹੈ ਕਿ ਉਹਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਦੇਣਾ ਜਾਂ ਪ੍ਰਤੀਕਿਰਿਆ ਦੇਣੀ ਹੈ ਉਹ ਪਾਰਟੀ ਪ੍ਰਧਾਨ ਨੇ ਦੇਣੀ। ਪਰ ਜਿੱਥੋਂ ਤੱਕ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦਾ ਫੈਸਲਾ ਆ, ਉਹਦੇ 'ਚ ਅਸੀਂ ਬੜੇ ਮੋਟੇ ਜਿਹੇ ਰੂਪ 'ਚ ਕਲੀਅਰ ਕਰ ਚੁੱਕੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਸਿਧਾਂਤ, ਪੰਜਾਬ, ਪੰਥ, ਇਹਨਾਂ ਦੇ ਮਸਲੇ ਉਹ ਸਭ ਤੋਂ ਉੱਪਰ ਹੈ, ਔਰ ਜਿਹੜੀ ਰਾਜਨੀਤੀ ਜਾਂ ਰਾਜਨੀਤਿਕ ਸੱਤਾ ਜਿਹੜੀ ਹੈ ਉਹ ਬਾਅਦ ਦੀ ਗੱਲ ਹੈ। ਅਤੇ ਅੱਜ ਜਿਹੜੀ ਜਾਖੜ ਸਾਹਿਬ ਦੀ ਸਟੇਟਮੈਂਟ ਆਈ ਹੈ, ਉਹ ਉਹਨਾਂ ਦਾ ਅਧਿਕਾਰ ਹੈ, ਉਹ ਵੱਖਰੀ ਪਾਰਟੀ ਹੈ, ਉਹਨਾਂ ਨੇ ਦਿੱਤਾ ਆ, ਭਾਰਤੀ ਜਨਤਾ ਪਾਰਟੀ ਨੇ ਕੀ ਫੈਸਲਾ ਕੀਤਾ ਆ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਔਰ ਅਸੀਂ ਆਪਣੇ ਮੁੱਦਿਆਂ ਨੂੰ ਲੈ ਕੇ ਵੀ ਪੰਥ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਕਲੀਅਰ ਕੀਤਾ ਆ ਕਿ ਅਸੀਂ ਕਿਹੜੇ ਮਸਲਿਆਂ 'ਤੇ, ਕਿਹੜੇ ਮੁੱਦਿਆਂ 'ਤੇ ਕਿਸ ਰੂਪ 'ਚ ਸਟੈਂਡ ਕਰਦੇ ਹਾਂ, ਉਹ ਅਸੀਂ ਆਪਣਾ ਜਿਹੜਾ ਸਾਰਾ ਏਜੰਡਾ ਕਲੀਅਰ ਕਰ ਚੁੱਕੇ ਹਾਂ। ਅਤੇ ਔਰ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀ ਸਟੇਟਮੈਂਟ ਆ ਚੁੱਕੀ ਹੈ ਜਾਖੜ ਸਾਹਿਬ ਦੀ ਸਟੇਟਮੈਂਟ ਤੋਂ ਬਾਅਦ ਕਿ ਸਾਡੇ ਵਾਸਤੇ ਅਸੂਲ ਸਿਧਾਂਤ ਪਹਿਲਾਂ ਆ ਅਤੇ ਰਾਜਨੀਤੀ ਬਾਅਦ ਦੇ ਵਿੱਚ ਹੈ। ਬਲਟੋਹਾ ਸਾਹਿਬ, ਜਦੋਂ
ਬੀਜੇਪੀ ਦੇ ਆਗੂਆਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਗੱਲਬਾਤ ਹੁੰਦੀ ਸੀ। ਉਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਗਾਂ ਰੱਖੀਆਂ ਜਾਂਦੀਆਂ ਸੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਮਤੇ ਵੀ ਪਾਸ ਕੀਤੇ ਨੇ, ਫੈਡਰਲਿਜ਼ਮ, ਬੰਦੀ ਸਿੰਘ, ਕਿਸਾਨ, ਸਾਰੇ ਉਹਦੇ 'ਚ ਇਸ਼ੂ ਹੈਗੇ ਨੇ, ਗੱਲਬਾਤ ਹੈਗੀ ਉਹਦੇ 'ਚ। ਅਤੇ ਉਦੋਂ ਬੀਜੇਪੀ ਦੇ ਜਿਹੜੇ ਆਗੂ ਨੇ ਜਿਹਨਾਂ ਨਾਲ ਤੁਹਾਡੀ ਟੇਬਲ ਟਾਕ ਹੁੰਦੀ ਸੀ, ਉਹਨਾਂ ਦਾ ਰਿਐਕਟ ਕੀ ਹੁੰਦਾ ਸੀ? ਨਹੀਂ ਜੀ, ਮੋਟੀ ਜੀ ਗੱਲ ਜਿਹੜੀ ਹੈ, ਇਹ ਗੱਲ ਗੱਠਜੋੜ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਮੀਡੀਆ 'ਚ ਸੁਣਦੇ ਰਹੇ, ਔਰ ਜਿੰਨੀਆਂ ਵੀ ਰਿਪੋਰਟਾਂ ਆਉਂਦੀਆਂ ਰਹੇ ਨੇ, ਚਾਹੇ ਅਖਬਾਰਾਂ 'ਚ ਹੈ, ਚਾਹੇ ਮੀਡੀਆ 'ਚ ਹੈ, ਚਰਚੇ ਉਹ ਚਰਚੇ ਹੀ ਸੁਣਦੇ ਰਹੇ ਹੈ। ਕਦੇ ਪਾਰਟੀ ਦੇ ਅੰਦਰ ਅਜਿਹੀ ਗੱਲ ਨਹੀਂ ਸੁਣੀ ਕਿ ਗੱਠਜੋੜ ਨੂੰ ਲੈ ਕੇ ਕੋਈ ਗੱਲ ਚੱਲੀ ਹੈ ਜਾਂ ਅੱਗੇ ਵਧੀਏ। ਔਰ ਇੱਥੋਂ ਤੱਕ ਮੀਡੀਆ 'ਚ ਚੱਲਦੀਆਂ ਰਹੀਆਂ ਕਿ 13 ਮਾਰਚ ਨੂੰ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਹੈ, 22 ਮਾਰਚ ਨੂੰ ਜੀ ਅੱਜ ਗੱਠਜੋੜ ਦਾ ਐਲਾਨ ਹੋਜੂ। ਇਹ ਪਤਾ ਨਹੀਂ ਕਿੱਥੋਂ ਖਬਰਾਂ ਆਉਂਦੀਆਂ ਰਹੇ, ਕਿਸ ਰੂਪ 'ਚ ਆਉਂਦੀਆਂ ਰਹੀਆਂ ਨੇ, ਕੋਈ ਗੱਲ ਚੱਲੀ ਨਹੀਂ ਚੱਲੀ, ਕਿਸੇ ਨੇ ਚਲਾਈ ਨਹੀਂ ਚਲਾਈ, ਮੇਰੀ ਨੌਲੇਜ 'ਚ ਅਜਿਹੀ ਗੱਲ ਕੋਈ ਨਹੀਂ ਹੈਗੀ। ਪਰ ਜਿਹੜੀ ਪਾਰਟੀ ਨੇ ਸਰਬਸੰਮਤੀ ਦੇ ਨਾਲ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣਾ ਜਿਹੜਾ ਏਜੰਡਾ ਕਲੀਅਰ ਕੀਤਾ ਹੈ, ਆਪਣਾ ਜਿਹੜਾ ਮੰਤਵ ਕਲੀਅਰ ਕੀਤਾ ਆ, ਸਭ ਤੋਂ ਅਹਿਮ ਸਾਡੇ ਲਈ ਉਹੀ ਹੈ, ਅਸੀਂ ਤਾਂ ਉਸ ਨੂੰ ਲੈ ਕੇ ਚੋਣਾਂ 'ਚ ਜਾ ਰਹੇ ਹਾਂ, ਅਤੇ ਬਾਕੀ ਜਿਹੜਾ ਆ ਗੱਠਜੋੜ ਵਾਲੀ ਸੱਜਿਓਂ ਖੱਬਿਓਂ ਮੀਡੀਆ ਰਾਹੀਂ ਚਰਚਾ ਸੁਣਦੇ ਰਹੇ ਹਾਂ, ਪਾਰਟੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ। ਜੀ ਵਲਟੋਹਾ ਸਾਹਿਬ, ਤੁਸੀਂ ਫਿਰ ਡਿਨਾਈ ਵੀ ਨਾ ਕੀਤਾ ਮੀਡੀਆ ਦੀ ਇਸ ਗੱਲ ਨੂੰ, ਤੁਸੀਂ ਬਿਲਕੁਲ ਨਹੀਂ ਕਿਹਾ ਕਿ ਇਹ ਸਮਝੌਤਾ ਸਾਡਾ ਨਹੀਂ ਹੋ ਰਿਹਾ, ਇਹ ਸਾਰੀਆਂ ਮੀਡੀਆ ਦੀ ਗੱਲਾਂ ਨੇ, ਪਾਰਟੀ ਲੈਵਲ ਦੇ ਉੱਪਰ ਕੁਛ ਵੀ ਨਹੀਂ ਹੈ, ਪਾਰਟੀ ਨੇ ਡਿਨਾਈ ਵੀ ਨਹੀਂ ਸੀ ਜਿਹਨੂੰ ਕੀਤਾ? ਪਾਰਟੀ ਨੇ ਜੀ ਮੇਰੇ ਖਿਆਲ ਘੱਟੋ ਘੱਟ ਪਤਾ ਨਹੀਂ ਕਿੰਨੀ ਕੁ ਵਾਰ ਡਿਨਾਈ ਕੀਤਾ, ਕਿੰਨੇ ਕੁ ਰਿਐਕਸ਼ਨ ਦਿੱਤੇ, ਹਾਂਜੀ, ਅਤੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਈਵਨ ਕਿ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਿ ਮੈਂ ਮੀਡੀਆ 'ਚ ਹੀ ਸੁਣਦਾ ਹਾਂ, ਸਾਡੀ ਕਿਸੇ ਤਰ੍ਹਾਂ ਦੀ ਕੋਈ ਗੱਠਜੋੜ ਨੂੰ ਲੈ ਕੇ ਗੱਲ ਨਹੀਂ ਹੋ ਰਹੀ। ਅਤੇ ਹੁਣ ਜੇ ਧੱਕੇ ਨਾਲ ਹੀ ਚਲਾਈ ਜਾਣ ਜਾਂ ਆਪੇ ਕੈਫੇ ਲਾਈ ਜਾਣ ਜਾਂ ਸੱਜਿਓਂ ਖੱਬਿਓਂ ਬੀਜੇਪੀ ਆਗੂਆਂ ਦੀਆਂ ਸੁਣ ਸੁਣ ਕੇ ਜਿਸ ਤਰ੍ਹਾਂ ਉਹ ਚਾਹੁੰਦੇ ਸੀ ਜਾਂ ਉਹ ਕਰਦੇ ਸੀ, ਜਿਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਆਉਂਦੇ ਰਹੇ ਆ, ਉਹਦੇ ਮੁਤਾਬਕ ਹੀ ਗੱਲਾਂ ਜਿਹੜੀਆਂ ਚਰਚਾ ਚੱਲਦੀ ਰਹੀ ਹੈ। ਅਕਾਲੀ ਦਲ ਨੇ ਕਦੇ ਵੀ ਮੇਰੇ ਮੁਤਾਬਕ ਗੱਠਜੋੜ ਦੀ ਕਦੇ ਵੀ ਗੱਲ ਨਹੀਂ ਕੀਤੀ ਜੀ। ਤੇ ਵਲਟੋਹਾ ਸਾਹਿਬ, ਜਦੋਂ ਅਮਿਤ ਸ਼ਾਹ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਕਿ 2-3 ਦਿਨਾਂ ਦੇ ਵਿੱਚ ਸਾਰੀ ਸਥਿਤੀ ਕਲੀਅਰ ਹੋ ਜਾਊਗੀ, ਅਸੀਂ ਰਾਬਤੇ ਦੇ ਵਿੱਚ ਹਾਂ, ਉਦੋਂ ਵੀ ਨਹੀਂ ਡਿਨਾਈ ਕੀਤਾ ਕਿ ਅਮਿਤ ਸ਼ਾਹ ਸਾਹਿਬ ਦੀ ਇਸ ਸਟੇਟਮੈਂਟ ਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ, ਸਾਡਾ ਕੋਈ ਰਾਬਤਾ ਨਹੀਂ? ਨਹੀਂ ਆਇਆ ਜੀ, ਉਦੋਂ ਵੀ ਗੱਲ ਕਲੀਅਰ ਕਰਦੇ ਰਹੇ ਹਾਂ ਆਪਦੀ, ਵੀ ਸਾਡਾ ਪਤਾ ਨਹੀਂ ਹੁਣ ਅਮਿਤ ਸ਼ਾਹ ਹੋ ਰਹੀ ਹੈ, ਉਹਨਾਂ ਨੇ ਕਿਉਂ ਬਿਆਨ ਦਿੱਤਾ, ਕਿਵੇਂ ਬਿਆਨ ਦਿੱਤਾ, ਹਾਂਜੀ ਜੀ, ਤੇ ਉਹ ਤਾਂ ਉਹਨਾਂ ਦੇ ਬਿਆਨ ਤੇ ਮੇਰਾ ਖਿਆਲ ਤੁਹਾਨੂੰ ਵੀ ਯਾਦ ਹੋਣਾ ਕਿ ਨਿਤਿਸ਼ ਕੁਮਾਰ ਬਾਰੇ ਕਿਹਾ ਸੀਗਾ, ਬਾਊ ਨਿਤਿਸ਼ ਕੇ ਲਈ ਭਾਰਤੀ ਜਨਤਾ ਪਾਰਟੀ ਕੇ ਦਰਵਾਜ਼ੇ ਬੰਦ ਹੈ, ਤੇ ਦੂਜੇ ਦਿਨ ਹੀ ਅਲਾਇੰਸ ਕਰਕੇ ਸਰਕਾਰ ਬਣਾ ਲਈ ਸੀਗੀ। ਹਾਂਜੀ, ਹੁਣ ਉਹ ਵੱਡੇ ਲੀਡਰ ਨੇ, ਵੱਡੀ ਸ਼ਕਤੀ ਹੈ, ਉਹਨਾਂ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਪਰ ਮੈਂ ਤੇ ਆਪਦੀ ਪਾਰਟੀ ਦਾ ਦੱਸ ਸਕਦਾ ਕਿ ਸਾਡੀ ਪਾਰਟੀ ਦੇ ਵਿੱਚ ਮੇਰੀ ਨੌਲੇਜ 'ਚ ਅਜਿਹੀ ਕੋਈ ਗੱਲ ਨਹੀਂ ਕਿ ਕਿਸੇ ਵੀ ਪੱਧਰ ਤੇ ਕੋਈ ਗੱਠਜੋੜ ਨੂੰ ਲੈ ਕੇ ਗੱਲ ਚੱਲੀ ਸੀਗੀ। ਵਲਟੋਹਾ ਸਾਹਿਬ, ਪਾਰਟੀ ਦੇ ਕੁਛ ਆਗੂ ਕਹਿੰਦੇ ਕਿ ਇਸ ਗੱਲ ਦੇ ਲਈ ਸਹਿਮਤ ਨੇ ਕਿ ਅਲਾਇੰਸ ਹੋ ਜਾਣਾ ਚਾਹੀਦਾ। ਨਹੀਂ, ਜਿਹੜੇ ਸਹਿਮਤ ਨੇ ਉਹਨਾਂ ਨੂੰ ਪੁੱਛੋ, ਪਰ ਮੇਰੇ ਸਾਹਮਣੇ ਤੇ ਨਾ ਤੇ ਕਦੀ ਕਿਸੇ ਆਗੂ ਨੇ ਗੱਲ ਕੀਤੀ ਆ ਅਜਿਹੀ, ਔਰ ਉਧਰ ਵੀ ਜਿਹੜੀ ਆ ਜਿਹੜੀ ਪਾਰਟੀ ਦੀ ਕਰੀਮ ਹੈ, ਹਾਂਜੀ, ਸਿਖਰ ਲਈ ਜਿਹੜੀ ਲੀਡਰਸ਼ਿਪ ਹੈ, ਕੋਰ ਕਮੇਟੀ, ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਜੋ ਕੁਛ ਵੀ ਹੋਇਆ ਸਰਬਸੰਮਤੀ ਨਾਲ ਹੋਇਆ, ਇੱਕ ਵੀ ਕਿਸੇ ਵੀ ਆਗੂ ਨੇ ਜਿਹੜੀ ਹੈ ਉਹ ਡਿਫਰ ਨਹੀਂ ਕੀਤਾ। ਜੇ ਇੱਕ ਨੇ ਗੱਲ ਕੀਤੀ ਹੈ ਤਾਂ ਦੂਜਾ ਵੀ ਕਹਿੰਦਾ ਸੀ ਜੇ ਬਿਲਕੁਲ ਗੱਲ ਸਹੀ ਹੈ ਕਿ ਸਾਨੂੰ ਜਿਹੜਾ ਆ ਸਿਧਾਂਤਾਂ ਦੇ ਮੁਤਾਬਕ, ਭਾਵੇਂ ਉੱਥੇ ਗੱਠਜੋੜ ਨੂੰ ਲੈ ਕੇ ਗੱਲ ਨਹੀਂ ਚੱਲੀ, ਉੱਥੇ ਸਿਧਾਂਤਾਂ ਦੀ ਏਜੰਡੇ ਦੀ ਗੱਲ ਚੱਲੀ ਹੈ, ਪਰ ਜੇ ਕਿਸੇ ਨੂੰ ਲੱਗਦਾ ਸੀ ਤਾਂ ਉੱਥੇ ਜ਼ਰੂਰ ਗੱਠਜੋੜ ਦੀ ਗੱਲ ਕਰਦਾ, ਪਰ ਕਿਸੇ ਨੇ ਨਹੀਂ ਕੀਤੀ।
ਜੀ ਵਲਟੋਹਾ ਸਾਹਿਬ, ਤੁਸੀਂ ਤਾਂ ਸੰਘਰਸ਼ਾਂ ਦੇ ਲੀਡਰ ਹੋ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਮਿਆਂ ਤੋਂ ਚੱਲੇ ਆਉਂਦੇ ਹੋ, ਲੰਮਾ ਤੁਹਾਡਾ ਤਜਰਬਾ ਹੋ ਗਿਆ, ਲੰਮਾ ਸਮਾਂ ਤੁਸੀਂ ਜੇਲ੍ਹਾਂ ਕੱਟੀਆਂ, ਸੰਘਰਸ਼ਾਂ ਦੇ ਵਿੱਚ ਰਹੇ, ਮੋਰਚੇ ਲੜੇ ਤੁਸੀਂ, ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਕ ਲੰਮਾ ਇਤਿਹਾਸ ਹੈ ਤੇ ਮਾਣ ਮੱਤਾ ਇਤਿਹਾਸ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਐਮਰਜੈਂਸੀ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਸੰਨਾਟਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ। ਤੁਹਾਡਾ ਉਹ ਪੂਰੇ ਤਜਰਬੇ ਦੇ ਆਧਾਰ ਦੇ ਉੱਪਰ ਤੁਹਾਡਾ ਕੀ ਮੰਨਣਾ, ਸ਼੍ਰੋਮਣੀ ਅਕਾਲੀ ਦਲ ਦਾ ਜੇ ਅਲਾਇੰਸ ਹੁੰਦਾ ਬੀਜੇਪੀ ਦੇ ਨਾਲ, ਉਦੋਂ ਪੋਲੀਟੀਕਲ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਕੀ ਹੈ, ਜੇਕਰ ਅਲਾਇੰਸ ਨਹੀਂ ਹੁੰਦਾ ਵੱਖੋ ਵੱਖਰੇ ਲੜਦੇ ਨੇ, ਉਦੋਂ ਕੀ ਹੈ ਗਿਣਤੀ ਦੇ ਤੌਰ ਦੇ ਉੱਪਰ, ਵੋਟਾਂ ਦੀ ਗਿਣਤੀ ਦੇ ਤੌਰ ਦੇ ਉੱਪਰ? ਜੀ ਬਲਟਵਾ ਸਾਹਿਬ, ਦੇਖੋ ਮੈਂ ਇੱਕ ਮੋਟੇ ਜਿਹੇ ਰੂਪ ਚ ਸਪਸ਼ਟ ਕਰ ਦੇਵਾਂ ਕਿ ਅਕਾਲੀ ਦਲ ਨੇ ਜੇ ਸਾਂਝ ਪਾਈ ਸੀ, ਗੱਠਜੁੜ ਕੀਤਾ ਸੀਗਾ, ਤੇ ਉਹਦੇ ਬਹੁਤ ਕਾਰਨ ਸੀਗੇ। ਸਭ ਤੋਂ ਵੱਡੇ ਕਾਰਨ ਤੇ ਇਹ ਸੀਗੇ ਕਿ ਕਿਸੇ ਨੈਸ਼ਨਲ ਪਾਰਟੀ ਦੇ ਨਾਲ ਸਾਂਝ ਚਾਹੀਦੀ ਹੈ ਨੈਸ਼ਨਲ ਪੱਧਰ ਤੇ ਆਪਣੀ ਗੱਲ ਕਰਨ ਦੇ ਲਈ, ਔਰ ਉਸ ਸਮੇਂ ਸ਼ਾਇਦ ਭਾਰਤੀ ਜਨਤਾ ਪਾਰਟੀ ਨੂੰ ਵੀ ਕੋਈ ਆਸ ਨਾ ਹੋਵੇ ਕਿ ਸਾਡੀ ਕੋਈ ਦੇਸ਼ ਦੇ ਵਿੱਚ ਸਰਕਾਰ ਬਣ ਸਕਦੀ ਹੈ। ਉਹ ਮਾਹੌਲ ਸਿਰਜਿਆ ਗਿਆ, ਬਾਦਲ ਸਾਹਿਬ ਨੇ ਵੀ ਬੜੀ ਡਟ ਕੇ ਮਦਦ ਕੀਤੀ ਔਰ ਕਾਫੀ ਵੱਡਾ ਗੱਠਜੁੜ ਵੀ ਬਣਿਆ ਤੇ ਵਾਜਪਾਈ ਸਾਹਿਬ ਦੀ ਸਰਕਾਰ ਬਣੀ। ਉਹਦੇ ਕਈ ਕਾਰਨ ਸੀਗੇ, ਪਰ ਜਿਹੜੀ ਮੋਟੀ ਜਿਹੀ ਗੱਲ ਹੈ ਕਿ ਸਾਡੇ ਵਾਸਤੇ ਗੱਠਜੋੜ ਤਦ ਹੀ ਬੰਦਾ ਕਰਦਾ ਜੇ ਮਤਲਬ ਜਿਹੜੇ ਆਪਾਂ ਕਹਿ ਦਈਏ ਕਿ ਸਿਧਾਂਤਹੀਨ ਗੱਠਜੁੜ ਜਿਹੜੇ ਹੁੰਦੇ ਆ। ਜਦੋਂ ਤੁਸੀਂ ਦੇਖ ਰਹੇ ਹਾਂ ਕਿ ਇਸ ਗੱਲ ਦਾ ਸਾਡਾ ਏਜੰਡਾ ਜਿਹੜਾ ਆ ਉਸ ਪਾਸੇ ਤਵੱਜੋ ਨਹੀਂ ਦਿੱਤੀ ਗਈ, ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਆਇਆ, ਚਾਹੇ ਕਿਸਾਨੀ ਦਾ ਮਸਲਾ ਆਇਆ, ਚਾਹੇ ਵੱਧ ਅਧਿਕਾਰਾਂ ਦੀ ਗੱਲ ਹੈ, ਚਾਹੇ ਵਾਹਗਾ ਬਾਰਡਰ ਤੇ ਵਪਾਰ ਖੋਲਣ ਦੀ ਗੱਲ ਹੈ, ਚਾਹੇ ਵਪਾਰੀਆਂ ਦੀ ਗੱਲ ਹੈ, ਚਾਹੇ ਖੇਤ ਮਜ਼ਦੂਰਾਂ ਦੀ ਗੱਲ ਹੈ, ਜਾਂ ਜਿਹੜੇ ਹੋਰ ਇਸ਼ੂ ਜਿਹੜੇ ਉਸ ਦਿਨ ਦੇ ਮਤਿਆਂ ਦੇ ਵਿੱਚ ਗੱਲ ਕੀਤੀ ਗਈ ਆ, ਤੇ ਉਹਨਾਂ ਵਾਲੇ ਪਾਸੇ ਕੋਈ ਕਦਮ ਨਹੀਂ ਚੁੱਕਿਆ ਗਿਆ। ਤੇ ਫਿਰ ਜਿਹੜਾ ਅਕਾਲੀ ਦਲ ਨੇ ਵੀ ਜੋ ਕਿਹਾ, ਤੇ ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ ਕਿ ਗੱਠਜੋੜ ਹੁੰਦਾ ਨਹੀਂ ਹੁੰਦਾ, ਤੇ ਜੇ ਨਹੀਂ ਵੀ ਹੋਇਆ ਜਾਂ ਨਹੀਂ ਵੀ ਗੱਲ ਚੱਲੀ, ਹਾਂਜੀ ਅਕਾਲੀ ਦਲ ਨੇ ਜੇ ਨਹੀਂ ਵੀ ਹੰਗਾਰਾ ਭਰਿਆ ਤੇ ਆਪਣੇ ਸਿਧਾਂਤਾਂ ਤੇ ਪਹਿਰਾ ਦਿੱਤਾ ਆ, ਤੇ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਹੈ। ਜੀ ਵਲਟੋਹਾ ਸਾਹਿਬ, ਇੱਕ ਗੱਲ ਹੋਰ ਸਮਝਾਇਓ, ਜਦੋਂ ਇਹ ਗੱਲ ਚੱਲਦੀ ਹੈ ਕਿ ਜਿਹੜੀਆਂ ਸ਼ਕਤੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਕਿ ਦੇਸ਼ ਦੇ ਵਿੱਚ ਇੱਕ ਮਤਲਬ ਚੱਲਦਾ ਵੀ ਰਿਹਾ, ਤੁਸੀਂ ਮੈਂ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਵੀ ਕਹਿੰਦੇ ਨੇ ਕਿ ਜਿਹੜੀਆਂ ਸਿੱਖ ਸ਼ਕਤੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਦੇਸ਼ ਦੇ ਵਿੱਚ, ਉਹ ਲੀਡਰ ਖੁੱਲ੍ਹ ਕੇ ਕਿਉਂ ਨਹੀਂ ਦੱਸਦੇ ਕਿ ਕਿਹੜੀਆਂ ਸ਼ਕਤੀਆਂ ਨੇ ਬਟੋਆ ਸਾਹਿਬ ਉਹ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ? ਦੇਖੋ ਤੁਹਾਡਾ ਤੇ ਮੇਰਾ ਖਿਆਲ ਕਿ ਪਤਾ ਨਹੀਂ ਕਿਹੜੇ ਸਾਨੂੰ ਦਾ ਬਰਥ ਹੈ, ਪਰ ਅਸੀਂ ਸਿਆਸਤ ਦਾ ਬੜਾ ਲੰਬਾ ਸਮਾਂ ਜਿਹੜਾ ਹੰਢਾਇਆ ਹੈ ਤੇ ਸਿਆਸਤ ਨੂੰ ਬੜੇ ਨੇੜਿਓਂ ਦੇਖਿਆ, ਔਰ ਜਿਹੜੇ ਪੰਥਕ ਮਸਲੇ ਨੇ ਉਹਨਾਂ ਨੂੰ ਬੜੇ ਨੇੜਿਓਂ ਦੇਖਿਆ, ਤੇ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਜਿਹੜੀਆਂ ਪੰਥਕ ਸੀ ਉਹਨਾਂ ਨੂੰ ਸਿਆਸਤ ਕਰਦਿਆਂ ਦੇਖਿਆ, ਤੇ ਉਹਨਾਂ ਦਾ ਜਿਹੜੀ ਵਿਚਾਰਧਾਰਾ ਆ ਜਾਂ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਤਜਰਬਾ ਸੀਗਾ ਉਹ ਸੁਣਨ ਦਾ ਵੀ ਮੌਕਾ ਮਿਲਦਾ ਰਿਹਾ ਹੈ। ਚਾਹੇ ਉਸ ਸਮੇਂ ਇੰਦਰਾ ਗਾਂਧੀ ਸੀਗੀ, ਤੇ ਉਸ ਸਮੇਂ ਵੀ ਸਾਡਾ ਰੋਸ ਜਿਹੜਾ ਇਹੀ ਹੁੰਦਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹੀਆਂ, ਇਹਨੂੰ ਬੋਰਡ ਬਣਾਉਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹੀਆਂ, ਔਰ ਅਕਾਲੀ ਦਲ ਨੇ ਉਹਦੇ ਵਾਸਤੇ ਵੀ ਲੜਾਈਆਂ ਲੜੀਆਂ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ
ਚੋਣਾਂ ਦੇ ਰਾਹੀਂ ਕਾਬਜ ਹੋਣ ਲਈ ਵੀ ਹਰੇਕ ਚੋਣ ਦੇ ਵਿੱਚ ਇੱਕ ਤਰ੍ਹਾਂ ਸਿੱਧੇ ਰੂਪ 'ਚ ਹੀ ਸਿੰਬਲ ਨਹੀਂ ਸੀ ਉਹਨਾਂ ਦਾ ਹੁੰਦਾ, ਪਰ ਕਾਂਗਰਸ ਸਪੋਰਟਡ ਜਿਹੜੇ ਉਮੀਦਵਾਰ ਆ ਉਹ ਖੜੇ ਕੀਤੇ ਜਾਂਦੇ ਸੀਗੇ ਅਤੇ ਹਰੇਕ ਚੋਣ ਲੜੀ ਜਾਂਦੀ ਸੀਗੀ। ਅਤੇ ਹੁਣ ਜਿਹੜਾ ਆ ਹਰਿਆਣੇ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ, ਉਹ ਜਿਹੜੀ ਸ਼ੁਰੂਆਤ ਕੀਤੀ ਹੈ, ਜਿਹੜਾ ਐਕਟ ਪਾਸ ਕੀਤਾ ਆ ਉਹ ਹੁੱਡਾ ਸਾਹਿਬ ਨੇ ਕੀਤਾ ਆ, ਜਿਹੜਾ ਉਹਨੂੰ ਨੇਪਰੇ ਚਾੜਿਆ ਆ ਉਹ ਖੱਟਰ ਸਾਹਿਬ ਨੇ ਚਾੜਿਆ। ਸਾਡੇ ਹੱਥ 'ਤੇ ਇਸ ਮਸਲੇ 'ਤੇ ਦੋਵੇਂ ਹੀ ਹੈ। ਜੇ ਹਜ਼ੂਰ ਸਾਹਿਬ ਦੇ ਵੋਟ ਦੀ ਗੱਲ ਕਰ ਲਈਏ ਉਹਦੇ ਉੱਥੇ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਜਾਂ ਆਪਾਂ ਕਹਿ ਲਈਏ ਕਿ ਸ਼ਿੰਦੇ ਜੀ ਦੀ ਸਰਕਾਰ ਹੈ ਅਤੇ ਪਟਨਾ ਸਾਹਿਬ ਦੇ ਵਿੱਚ ਵੀ ਉੱਥੇ ਵੀ ਜਿਹੜਾ ਸਰਕਾਰੀ ਦਖਲਅੰਦਾਜ਼ੀ ਦੀ ਗੱਲ ਹੈ। ਇਹ ਗੱਲਾਂ ਜਿਹੜੀਆਂ ਸਿੱਖ ਸੰਸਥਾਵਾਂ ਦੇ ਵਿੱਚ ਹੈ, ਇਹ ਸਿੱਖ ਜਿਹੜੇ ਸ਼ਕਤੀ ਜਦੋਂ ਇਕੱਠੀ ਸੀ ਇੱਕ ਮੁੱਠ ਸੀ ਅਤੇ ਉਸ ਸਮੇਂ ਕੋਸ਼ਾਂ ਉਹ ਕਰਦੇ ਰਹੇ ਪਰ ਕਦੇ ਸਫਲ ਨਹੀਂ ਸੀ ਹੋਣ ਦਿੱਤੀਆਂ। ਔਰ ਇੱਕ ਜਿੱਥੇ ਸਰਕਾਰਾਂ ਦਾ ਇਹ ਏਜੰਡਾ ਆ ਸਿੱਖਾਂ ਨੂੰ ਕਮਜ਼ੋਰ ਕਰਨਾ, ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਉੱਥੇ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਉਹਨਾਂ ਦਾ ਪ੍ਰਮੁੱਖ ਏਜੰਡਾ ਵੀ ਇਹੀ। ਦੇਸ਼ ਦੀਆਂ ਏਜੰਸੀਆਂ ਵੀ ਸਿੱਖਾਂ ਨੂੰ ਵੰਡ ਕੇ ਰੱਖਣਾ ਚਾਹੁੰਦੀਆਂ ਨੇ, ਕਮਜ਼ੋਰ ਕਰਕੇ ਰੱਖਣਾ ਚਾਹੁੰਦੀਆਂ ਨੇ, ਧਾਰਮਿਕ ਤੌਰ 'ਤੇ ਵੀ ਔਰ ਸਮਾਜਿਕ ਤੌਰ 'ਤੇ ਵੀ, ਅਤੇ ਸਭ ਤੋਂ ਵੱਡੀ ਗੱਲ ਰਾਜਨੀਤਿਕ ਤੌਰ 'ਤੇ ਵੀ ਕਿ ਇਹ ਕਿਤੇ ਇੱਕਜੁੱਟ ਨਾ ਹੋ ਜਾਣ। ਜੇ ਹਿੰਦੁਸਤਾਨ ਦੇ ਕੇਂਦਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਦਾ ਡਰ ਹੈ, ਜਿਹੜਾ ਡਰ ਬਣਿਆ ਰਿਹਾ ਹਮੇਸ਼ਾ ਹੀ, ਉਹ ਸਿੱਖਾਂ ਦੀ ਏਕਤਾ ਤੋਂ ਹੀ ਹੈ। ਉਹ ਜਿਹੜੀ ਆ ਉਹ ਕੋਸ਼ਾਂ ਉਸ ਏਕਤਾ ਨੂੰ ਤੋੜਨ ਵਾਸਤੇ, ਮੰਡੀਆਂ ਪਾਉਣ ਵਾਸਤੇ, ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ, ਉਹ ਏਜੰਸੀਆਂ ਦਾ ਜਿਹੜਾ ਆ ਉਹ ਵੀ ਏਜੰਡਾ ਹੈ ਅਤੇ ਸਰਕਾਰਾਂ ਨੇ ਵੀ ਕਿਸੇ ਨੇ ਲਿਹਾਜ਼ ਨਹੀਂ ਕੀਤਾ। ਜੀ ਵਲਟਵਾ ਸਾਹਿਬ, ਮੇਰਾ ਇੱਕ ਆਖਰੀ ਸਵਾਲ, ਕਿਉਂਕਿ ਜਿਹੜੇ ਦਰਸ਼ਕ ਆਪਣੀ ਗੱਲਬਾਤ ਸੁਣ ਰਹੇ ਹੋਣਗੇ ਉਹਨਾਂ ਨੂੰ ਲੱਗੂਗਾ ਕਿ ਇਹ ਸਵਾਲ ਫਿਰ ਅੱਗੇ ਕਿਉਂ ਨਹੀਂ ਹੋਇਆ। ਉਹ ਸਵਾਲ ਵਲਟਵਾ ਸਾਹਿਬ ਮੇਰਾ ਇਹ, ਤੁਸੀਂ ਖੱਟਰ ਸਾਹਿਬ ਦਾ ਜ਼ਿਕਰ ਕੀਤਾ, ਪਟਨਾ ਸਾਹਿਬ ਦਾ ਤੁਸੀਂ ਬੋਰਡ ਦਾ ਜ਼ਿਕਰ ਕੀਤਾ, ਹਾਲਾਂਕਿ ਪਟਨਾ ਦੇ ਵਿੱਚ ਫਿਰ ਹੁਣ NDA ਨਾਲ ਭਾਈਵਾਲ ਹੋ ਗਏ ਨਿਤੀਸ਼ ਜੀ, ਅਤੇ ਖੱਟਰ ਸਾਹਿਬ ਹਰਿਆਣੇ ਦੇ CM ਰਹੇ ਨੇ। ਜੇਕਰ ਤੁਹਾਨੂੰ ਲੱਗਦਾ ਕਿ BJP ਦੇ ਆਹ ਲੀਡਰ ਹੈਗੇ ਨੇ ਜਿਹੜੀ ਇੱਦਾਂ ਦੀਆਂ ਉਹਦੇ 'ਚ ਸ਼ਾਮਿਲ ਹੈਗੇ ਨੇ ਜੋ ਕਮਜ਼ੋਰ ਕਰਨਾ ਚਾਹੁੰਦੇ ਨੇ, ਫਿਰ ਸ਼੍ਰੋਮਣੀ ਅਕਾਲੀ ਦਲ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਹਨਾਂ ਨਾਲ ਨਹੀਂ ਤੁਰਨਾ? ਸਾਡਾ ਕੋਰਾ ਜਵਾਬ ਹੈ ਨਹੀਂ। ਤੁਰੇ ਕਦੋਂ ਹੈ ਜੀ? ਅਸੀਂ ਤਾਂ ਛੱਡ ਕੇ ਆਏ ਹਾਂ। ਸਾਨੂੰ ਕੱਢਿਆ ਤੇ ਅਸੀਂ ਕਦੇ ਵੀ ਨਹੀਂ ਨਹੀਂ ਯਾਰ ਤੁਸੀਂ ਕੱਢਤਾ ਸਾਨੂੰ ਅੱਜ ਲੈ ਲਓ। ਨਹੀਂ ਬਲਟਵਾ ਸਾਹਿਬ, ਅੱਗੇ ਦੇ ਲਈ ਕਿ ਇਹਨਾਂ ਨੇ ਸਾਡੀਆਂ ਸਿੱਖ ਸੰਸਥਾਵਾਂ ਕਮਜ਼ੋਰ ਕੀਤੀਆਂ, ਅਸੀਂ BJP ਦੇ ਲੀਡਰਾਂ ਦੇ ਨਾਲ ਤੁਰਨਾ, ਸਾਡੀ ਕੋਰੀ ਨਾ ਹੈ। ਫੈਡਰਲਿਜ਼ਮ ਦੀ ਗੱਲ ਕਰਦੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਤੇ ਹੱਕਾਂ ਦੇ ਹੁਣ ਤੱਕ ਪਹਿਰੇਦਾਰੀ ਕਰਦੀ ਰਹੀ ਆ। ਮੈਂ ਜਿਹੜੀ ਗੱਲ ਕਰਦਾ ਹਾਂ ਅਸੀਂ ਆਪਣਾ ਏਜੰਡਾ ਕਲੀਅਰ ਕਰਤਾ, ਜੇ ਕਿਸੇ ਨੂੰ ਵਾਰਾ ਖਾਂਦਾ ਹੋਊਗਾ ਉਹਦੇ ਮੁਤਾਬਕ ਚੱਲ ਪਏ ਤੇ ਅਕਾਲੀ ਦਲ ਦੀ ਉਹਦੇ ਨਾਲ ਸਾਂਝ ਹੈ। ਬਾਕੀ ਲਿਹਾਜ਼ ਤੇ ਕਿਸੇ ਨੇ ਵੀ ਨਹੀਂ ਰੱਖਿਆ, ਲਿਹਾਜ਼ ਤੇ ਜਿਹੜੀ ਕੇਜਰੀਵਾਲ ਦੀ ਸਰਕਾਰ ਬਣਾਈ ਹੈ, ਭਗਵੰਤ ਮਾਨ ਦੀ ਸਰਕਾਰ ਬਣਾਈ ਹੈ, ਮੇਰਾ ਖਿਆਲ ਹੈ ਕਿ ਸਭ ਤੋਂ ਆਖਰੀ NSA, ਭਾਵੇਂ ਮੇਰੇ ਤੇ ਉਦੋਂ 3 ਵਾਰ NSA ਲੱਗੀ ਸੀਗੀ, ਜਿਹੜੀ ਸਭ ਤੋਂ ਆਖਰੀ NSA ਪੰਜਾਬ 'ਚ ਲੱਗੀ ਸੀ 1991 ਦੇ ਐਂਡ 'ਚ, ਉਹ ਮੇਰੇ 'ਤੇ ਲੱਗੀ ਸੀ, ਉਸ ਤੋਂ ਬਾਅਦ ਨਹੀਂ ਸੀ ਲੱਗੀ। ਇਹ ਜੇ ਭੌਂ ਕੇ ਹੁਣ 31 ਸਾਲਾਂ ਬਾਅਦ NSA ਲੱਗੀ ਹੈ, ਉਹ ਫਿਰ ਭੌਂ ਕੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੇ ਲਗਾਈ ਹੋਈ ਲੱਗੀ ਹੈ ਤਾਂ ਡਿਬਰੂਗੜ੍ਹ ਸੁੱਟਿਆ। ਹਾਂਜੀ, ਜਾਂ ਹੋਰ ਜਿਹੜੇ ਸਿੱਖਾਂ ਦੇ ਨਾਲ ਜਿਸ ਤਰੀਕੇ ਨਾਲ ਇਹ ਸਰਕਾਰ ਪੇਸ਼ ਆਉਣ ਡਈ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਸੁਲਤਾਨਪੁਰ ਲੋਧੀ ਜਿਸ ਤਰੀਕੇ ਦੇ ਨਾਲ ਫਾਇਰਿੰਗ ਕੀਤੀ ਗਈ,
ਜਿਸ ਤਰੀਕੇ ਨਾਲ ਹੰਝੂ ਗੈਸ ਚਲਾਏ ਗਏ, ਹੰਝੂ ਗੈਸ ਦੇ ਧੂੰਏ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਚੱਲਦਾ ਹੋਇਆ, ਅੱਖਾਂ 'ਚ ਧੂੰਆਂ ਪੈਣ ਕਰਕੇ ਪਾਠੀ ਸਿੰਘਾਂ ਕੋਲੋਂ ਖੰਡਿਤ ਹੋਇਆ, ਤੇ ਲਿਹਾਜ਼ ਕਿਸੇ ਨੇ ਨਹੀਂ ਕੀਤਾ। ਹਾਂਜੀ ਜੀ, ਜੇਕਰ ਬਟੋਹਾ ਸਾਹਿਬ ਲੋਕ ਇਹ ਗੱਲ ਜਾਣਨਾ ਚਾਹੁੰਦੇ ਹੋਣ ਕਿ ਸ਼੍ਰੋਮਣੀ ਅਕਾਲੀ ਦਲ NSA ਦਾ ਵਿਰੋਧ ਕਰਦੀ ਹੈ, ਬਟੋਹਾ ਸਾਹਿਬ ਵਿਰੋਧ ਕਰਦੇ ਨੇ, ਤਾਂ ਉਹ ਲੋਕ ਤੁਹਾਨੂੰ ਪੁੱਛਣਗੇ ਕਿ ਫਿਰ NSA ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਸਟਰਗਲ ਕਿੱਥੇ ਹੈ ਪੰਜਾਬ ਦੇ ਵਿੱਚ ਮੌਜੂਦਾ ਸਮੇਂ 'ਚ? ਨਹੀਂ, ਅਸੀਂ ਤਾਂ ਬੜਾ ਲੜੇ ਹਾਂ ਜੀ, ਅਸੀਂ ਤਾਂ NSA ਵਾਸਤੇ ਹਮੇਸ਼ਾ ਹੀ ਲੜਦੇ ਰਹੇ ਹਾਂ ਔਰ NSA ਦਾ ਸ਼ਿਕਾਰ ਰਹੇ ਹਾਂ। ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ, ਚਾਹੇ ਬਾਦਲ ਸਾਹਿਬ ਸੀ, ਟੌੜਾ ਸਾਹਿਬ ਸੀ, ਤਾਂ ਸੁਖਜਿੰਦਰ ਸਿੰਘ ਹੋਰੀ ਸੀ, ਬ੍ਰਹਮਪੁਰਾ ਸਾਹਿਬ ਸੀ, ਢੀਂਡਸਾ ਸਾਹਿਬ ਸੀਗੇ, ਇਹ ਦੂਰ ਦੂਰ ਦੀਆਂ ਕੋਮਟੂਰ ਵਰਗੀਆਂ ਜੇਲ੍ਹਾਂ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਲਿਆਂ ਰੱਖਿਆ ਸੀਗਾ। ਹਾਂਜੀ, ਉਹ ਕਹਿੰਦੇ ਮੇਰੇ ਨਾਲ ਤਾਂ ਕੋਈ ਉੱਥੇ ਪੰਜਾਬੀ ਸਮਝਣ ਵਾਲਾ ਵੀ ਹੈ ਨਹੀਂ ਸੀਗਾ ਜੀ। ਹਾਂਜੀ, ਤੇ ਇਸ ਕਰਕੇ ਜਿਹੜਾ ਆ NSA ਦੇ ਵਿਰੁੱਧ, ਪਹਿਲੀ ਗੱਲ NSA ਵਰਗੇ ਕਾਲੇ ਕਾਨੂੰਨ ਤੁਸੀਂ 31 ਸਾਲਾਂ ਬਾਅਦ ਫਿਰ ਕੱਢ ਕੇ ਠਾ ਦੇਣੇ ਮਾਰਦੇ, ਜੇ ਜਿਹੜੇ ਮਾਰਦੇ ਤੁਸੀਂ ਉਹਨਾਂ ਤੋਂ ਪੁੱਛੋ ਵੀ ਕਿਉਂ ਲਾਈ ਗਏ NSA, ਕਦੇ ਉਹਨਾਂ ਨੂੰ ਪੁੱਛਿਆ ਕਿ ਇਹਨੇ ਸਵਾਲ ਕੀਤਾ? ਪੁੱਛਦੇ ਕੋਈ ਨਹੀਂ ਜੀ, ਬਿਲਕੁਲ ਜਾਇਜ਼ ਗੱਲ ਹੈ ਤੁਹਾਡੀ ਜੀ, ਬਿਲਕੁਲ ਬਿਲਕੁਲ। ਸੋ ਬਲਟੋਹਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਹਰ ਵਾਰ ਤੁਸੀਂ ਖੁੱਲ੍ਹ ਕੇ ਜਵਾਬ ਦਿੰਦੇ ਹੋ ਹਰ ਇੱਕ ਗੱਲ ਦਾ, ਪੁਰਾਣੇ ਲੀਡਰ ਹੋ, ਧੰਨਵਾਦ ਤੁਹਾਡਾ।